जी आवाज आ रही? आ गई आ गई। तुम कितना फ्री हो? हाँ जी हाँ जी फ्री हूँ। करो गल। मैं तो यार अगे लाई, मेरे ग्रैंडफादर हूँ चल गए, मैं फिर दोबारा कर चक्या। मैं बाइक से सीधा जा रहा सीगा, मैं हूँ पहुंचिया ते हूँ करो कॉल। हाँ मैं देखता हूँ जी, चक दे दो मिनट। हाँ जी आ जी आ गया भाई जी। सत श्री अकाल बाबा जी, अस्सलाम वालेकुम। सत श्री अकाल जी, की हाल चाल जी? ठीक हो? हाल चाल चंगे ही है। अच्छा रब खैर करे जी। हाँ जी तुहाडे की लगदे सी लखा सिंह? मेरे बापू दे मामे जी। अच्छा अच्छा तुहाडे बापू दे मामे सीगे? मेरे बाप दे मामे जी। सही सही। दो भरा ही एक इधर मर गया ही 13 चक दे मैं डिकूवरी जी दे थी ते वो लखा सब कल्ला ही सीगा उठे। अच्छा ते जड़े पिती जैसे वो नाल सीगे तो दो मर बेमना दे दे दो मर पे। अच्छा अच्छा लखे सिंह दा घर ते तुहाडा घर होर जगह ते सी वखो वख सी? लखे सिंह गुरां दा घर सीगा ओ किद्दां दा सी? जिहड़ा लखा सोना दा। हाँ जी लखा सोना का घर जरा इतने कोठे सीगे पाए हुए पता नहीं कच्चे सीगे हुण चेता नहीं इन्नी चिर दा बहुत चिर हो गया 70 साल तो हो गया मैनू यानी मेरे हिसाब नाल लेंदे नु सी घर घर दा वो जिहड़ा आता सी। अच्छा ओ बाबे गुलाम अली ने दस्या जिथे मैं हुण रहिंदा ना जिथे साडा घर आ ठीक आ ओदे नाल दा घर जिहड़ा ओ लखे सिंह होरां दा सीगा? आ लखा सिंह दा ਜਿਹੜਾ ਲਖੇ ਸਿੰਘ ਦਾ ਘਰ ਸੀ ਉਹਦੇ ਚ ਕਿੰਨੇ ਕਮਰੇ ਸੀ? ਕੋਈ ਉਹਨਾਂ ਦੇ ਘਰ ਵੀ ਆਉਂਦੇ ਜਾਂਦੇ ਸੀ ਤੁਸੀਂ? ਉਹਨਾਂ ਦੇ ਕਮਰੇ ਇੱਕ ਸਾਈਡ ਤੇ ਦੋ ਤਿੰਨ ਕਮਰੇ ਇੱਕ ਸਾਈਡ ਤੇ ਸੀ ਤੇ ਦੋ ਕਮਰੇ ਇੱਕ ਸਾਈਡ ਤੇ ਸੀ ਤਿੰਨ ਚਾਰ ਕੋਠੇ ਸੀਗੇ ਛੇ ਵੀ ਸ਼ਾਇਦ ਕੱਚੇ ਹੀ ਉਦੋਂ ਪੱਕਾ ਨਹੀਂ ਸੀ ਹੁਣ ਕਿਸੇ ਦਾ। ਅੱਛਾ ਹੈ ਵੀ ਕੱਚੇ ਸੀਗੇ ਕੱਚੇ। ਹੋਰ ਕਿਹੜੇ ਕੋਈ ਘਰ ਸੀ ਉਹਨਾਂ ਦੇ ਲਾਗੇ ਕੋਈ ਉਹ ਵੀ ਯਾਦ ਹੈ? ਨਾ ਕੋਈ ਯਾਦ ਨਹੀਂ ਹੁਣ ਯਾਦਾਂ ਜਿਹੜੀਆਂ ਸੀ ਇਹ ਵੀ ਯਾਦ ਬੁੱਢੇ ਨੇ ਕਰਾਇਆ ਕਰਕੇ ਤੇ ਯਾਦ ਮੈਨੂੰ ਆ ਗਿਆ ਪੁੱਤ ਨੇ ਨਹੀਂ ਤਾਂ ਆਪ ਪੁੱਛਦੇ ਦੱਸਦੇ ਰਹੇ ਤੇ ਤੁਹਾਨੂੰ ਯਾਦ ਆ ਗਿਆ। ਆਹੋ ਇਹਨੇ ਤੇ ਇਹ ਵੀ ਭੁੱਲ ਜਾਣਾ ਸੀ। ਸਹੀ ਉਹ ਪੁੱਛੀ ਗਿਆ ਜਾਂ ਪੁੱਛੀ ਜਾਣਾ ਹਰ ਵੇਲੇ ਫਿਰ ਮੈਂ ਸੋਚ ਕੇ ਤਾਂ ਸੋਚ ਕੇ ਫਿਰ ਦੱਸਿਆ। ਹਾਂਜੀ ਹਾਂਜੀ ਸਾਰੇ ਮੁਸਲਮਾਨ ਸੀ ਜਾਂ ਹੋਰ ਨਾਲ ਹੈ ਸੀ ਸਰਦਾਰ? ਸਰਦਾਰ ਇਹੋ ਹੀ ਘਰ ਸੀਗੇ ਸਾਡੇ ਜਿਹੜੇ ਬਾਪੂ ਦੇ ਮਾਮੇ ਸੀਗੇ ਲੱਖੇ ਹੋਰੀ ਸੀ। ਆਹੋ ਲੱਖਾ ਸੋਣੀ। ਅੱਛਾ ਹੋਰ ਸਰਦਾਰ ਘੱਟ ਸੀਗੇ ਉਦੋਂ ਕਿੰਨੀ ਕੁ ਉਮਰ ਹੋਣੀ ਹੈ ਲੱਖੇ ਸਿੰਘ ਦੀ? ਲੱਖਾ ਸੋ ਬੁੜਾ ਸੀਗਾ ਪੁਰਾਣਾ ਹੀ ਸੀਗਾ ਇੱਕ ਭਰਾ ਇੱਥੇ ਮਰ ਗਿਆ ਤੇ ਇੱਕ ਇੱਥੇ ਮਰ ਗਿਆ ਉਹ ਲੱਖਾ ਸਿੰਘ ਆਪ। ਲੱਖਾ ਸਿੰਘ ਜਿਹੜਾ ਉਹ ਵੀ ਇੱਥੇ ਮਰ ਗਿਆ ਸੀਗਾ ਸੌ ਚ ਹੀ? ਇੱਥੇ ਸੌ ਚ ਹੀ ਮਰ ਗਿਆ ਸੀ ਤੇ ਜਿਹੜੇ ਮੁੰਡੇ ਉਹਦੇ ਸੀਗੇ ਤੇ ਜਾਂ ਭਤੀਜੇ ਉਹਦੇ ਉਹ ਆਏ ਹੋਏ ਸਾਡੇ ਨਾਲ। ਅੱਛਾ ਉਹ ਆ ਗਏ ਸੀਗੇ ਸਾਡੇ ਉਹ ਬਾਪੂ ਦੇ ਮਾਮੇ ਦੇ ਪੁੱਤ ਜੀ ਸੀ ਭਰਾ ਸੀਗੇ ਚਾਚੇ ਲੱਗਦੇ ਸਾਡੇ ਉਹ। ਹਾਂਜੀ ਉਹਨਾਂ ਦੇ ਵਿੱਚ ਇੱਕ ਸੀਗਾ ਛਿੜਦਾਈ ਰੰਗ ਕੇ ਸਾਨੂੰ ਬਹੁਤ ਪਿਆਉਂਦਾ ਹੁੰਦਾ ਸੀ ਛਿੜਦਾਈ ਅਡੇਡੀ ਦੁਪਹਿਰ ਨੂੰ। ਕੌਣ ਹੁੰਦਾ ਸੀ? ਸਾਡਾ ਚਾਚਾ ਸੀਗਾ ਲੱਗਦਾ ਉਹ ਛਿੜਦਾਈ ਰਗੜਦਾ ਹੁੰਦਾ ਸੀ ਦਾਮਾ ਬਦਮਾ ਦੀ। ਅੱਛਾ ਛਿੜਦਾਈ ਰਗੜਦਾ ਸੀ ਤੇ ਲੱਖੇ ਜਦੋਂ ਅਸੀਂ ਜਾਣਾ ਉਦੋਂ ਉਹਨੇ ਰਗੜ ਕੇ ਪਿਆਉਣੀ ਹਨ ਕਹਿਣਾ ਆ ਜਾਓ ਹੁਣ ਦੁਪਹਿਰਾ ਹੋ ਗਿਆ। ਲੱਖੇ ਸਿੰਘ ਦੇ ਘਰ ਵੀ ਆਉਂਦੇ ਹੁੰਦੇ ਸੀ ਤੁਸੀਂ? ਲੱਖਾ ਸਿੰਘ ਦੇ ਘਰ ਉਹਦਾ ਭਤੀਜਾ ਸੀ ਨਾ ਗੁਰਬਖਸ਼ ਸੀ ਇਹਦੇ ਨਾਲ।
ਗੁਰਬਖਸ਼ ਸਿੰਘ ਇੱਕ ਸਰਦਾਰਾ ਸਿੰਘ ਦੋ ਭਤੀਜੇ ਸੀ ਉਹਦੇ ਦੋ ਆਪਦੇ ਮੁੰਡੇ ਸੀ ਉਹਦੇ ਉਹਨਾਂ ਦਾ ਕੀ ਕੰਮ ਸੀ ਵਾਹੀ ਸੀ ਉਹ ਇੱਕ ਮੇਰਾ ਹਾਣੀ ਸੀਗਾ ਮੇਰੇ ਛੋਟਾ ਸੀਗਾ ਸਾਲ ਕ ਤੇ ਉਹਦੇ ਨਾਲ ਬਲਵੰਤੋਂ ਸੀ ਤੇ ਇੱਕ ਨਾਲ ਰਤਨ ਤੋਂ ਸੀਗਾ ਉਹ ਵੱਡਾ ਸੀ ਕਰਦੇ ਕੀ ਸੀ ਵਾਹੀ ਕਰਦੇ ਸੀ ਵਾਹੀ ਕਰਦੇ ਸੀ ਉਹੀ ਜਿੱਥੇ ਤੁਸੀਂ ਰਹਿੰਦੇ ਸੀ ਬਾਰ ਬਾਰ ਉੱਥੇ ਕਰਦੇ ਸੀ ਉਹ ਵੀ ਵਾਹੀ ਉਹਨਾਂ ਤੋਂ ਸਾਥੋਂ ਦੂਜੇ ਪਾਸੇ ਸੀਗੇ ਉਹਨਾਂ ਦੇ ਮੁਰੱਬੇ ਥੋੜ੍ਹੇ ਜਿਹੇ ਦੂਰ ਸੀਗੇ ਦੋ ਮੁਰੱਬੇ ਸੀ ਉਹਨਾਂ ਦੇ ਉਹਨਾਂ ਦੇ ਆਪਦੇ ਮੁਰੱਬੇ ਸੀ ਸਾਡੇ ਮੁਰੱਬੇ ਜਿਹੜੇ ਆਪਦੇ ਨਹੀਂ ਸੀ ਅਸੀਂ ਜਲਦਾਰਾਂ ਦੇ ਪੈਣੀ ਬੋਲਦੇ ਸੀ ਅੱਛਾ ਅੱਛਾ ਉਹ 88 ਵਾਲਿਆਂ ਦੀ 88 ਵਾਲਿਆਂ ਦੇ ਠੀਕ ਆ ਠੀਕ ਆ ਜਲਦਾਰਾਂ ਦੋ ਮੁਰੱਬੇ ਢੋਰਾ ਸੀਗਾ ਨੀਵਾਂ ਸੀ ਨੀਵੀਂ ਜਗ੍ਹਾ ਸੀ ਨੀਵਾਂ ਇਹ ਪਤਾ ਨਹੀਂ ਰਹਿੰਦੇ ਨੂੰ ਸੀ ਕਿੱਧਰ ਨੂੰ ਹੁਣ ਸਾਈਡ ਕਿਹੜੀ ਬਦਲ ਗਈ ਉਦੋਂ ਅੱਛਾ ਅੱਛਾ ਢੋਰਾ ਢੋਰਾ ਵੱਜਦਾ ਸੀਗਾ ਨੀਵਾਂ ਪਾਣੀ ਪੈਂਦਾ ਸੀ ਟੁੱਟ ਕੇ ਉੱਥੇ ਮੋਗੇ ਵੱਲ ਮੋਗੇ ਤੋਂ ਦੂਰ ਹੀ ਸੀ ਨੀਵਾਂ ਸੀਗਾ ਜਗ੍ਹਾ ਤੇ ਨਰਮਾ ਬਹੁਤ ਹੁੰਦਾ ਹੁੰਦਾ ਉੱਥੇ ਇਹ ਸਾਰੇ ਇੱਧਰ ਰਕਬੇ ਗੈਰ ਆਬਾਦ ਸੀ ਨਾ ਬਾਅਦ ਚ ਫਿਰ ਉਹ ਆਬਾਦ ਹੋਏ ਨੇ ਕਿ ਖੂਹ ਪਾਈ ਦੇ ਇੱਕ ਪਾਸੇ ਲੈ ਆਈ ਸਾਈਡ ਤੇ ਤੇ ਉਹਨੂੰ ਉਹ ਐ ਲਿੰਦੇ ਜਾਂ ਨੂੰ ਪਛਤਾ ਸੀ ਜਿੱਦਾਂ ਦਾ ਦੂਜੇ ਪਾਸੇ ਅੱਛਾ ਜਿਹੜਾ ਖੂਹ ਸੀਗਾ ਇੱਕ ਸਾਈਡ ਤੇ ਸੀਗਾ ਜਾਓ ਦੱਖਣ ਦਾ ਪਾਸਾ ਸੀ ਉਹ ਨੀਵਾਂ ਸੀ ਢੋਰਾ ਸੀ ਅੱਛਾ ਅੱਛਾ ਚਲੋ ਗੋਰੇ ਬਾਈ ਨੇ ਬੜੀ ਹਿੰਮਤ ਕੀਤੀ ਆ ਕਿਤਾਬ ਲਿਖੀ ਆ ਤੁਹਾਡੇ ਤੇ ਇਹ ਵੀ ਬੜੀ ਗੱਲ ਆ ਇੱਕ ਦਾਦੇ ਦੀ ਸਟੋਰੀ ਜਿਹੜੀ ਸਾਰੀ ਮੈਨੂੰ ਨਾਲ ਦੇ ਸਾਰਿਆਂ ਨੂੰ ਭੁੱਲ ਗਈ ਕਿਸੇ ਨੂੰ ਕੁਛ ਵੀ ਯਾਦ ਚਲੋ ਜੇ ਉਹ ਕਹਿੰਦਾ ਫਿਰ ਮੈਨੂੰ ਮੈਂ ਕੋਈ ਮਾੜੀ ਮੋਟੀ ਬਣਾ ਕੇ ਸਟੋਰੀ ਦੱਸ ਸਹੀ 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 ਇਹ ਤਾਂ ਕਿਤਾਬ ਉਹਦੀ ਵੇਖੂ ਕਿ ਫਿਰ ਪਤਾ ਲੱਗੂ ਇਹ ਤਾਂ ਹਿੰਮਤ ਵਾ ਹਿੰਮਤ ਜਿੰਨੀ ਇਨਸਾਨ ਕਰ ਲਵੇ ਓਨੀ ਹੋ ਸਕਦੀ ਆ ਉਹ ਐਸੀ ਗੱਲ ਨਹੀਂ ਵੀ ਨਹੀਂ ਹੋ ਸਕਦੀ